ਇੱਕ ਓਂਕਾਰ ਸਤਿਗੁਰ ਪ੍ਰਸਾਦ। ਵਾਹਿਗੁਰੂ ਕੇਵਲ ਇੱਕ ਹੈ ਅਤੇ ਸੱਚੇ ਗੁਰੂ ਦੀ ਦਇਆ ਨਾਲ ਉਹ ਪਾਇਆ ਜਾਂਦਾ ਹੈ। ਅਥ ਬਚਿੱਤਰ ਨਾਟਕ ਗ੍ਰੰਥ ਲਿਖਿਆ ਤੇ। ਹੁਣ ਬਚਿੱਤਰ ਨਾਟਕ ਗ੍ਰੰਥ ਲਿਖਦੇ ਹਾਂ। ਸ਼੍ਰੀ ਮੁੱਖ ਬਾਗ ਪਾਤਸ਼ਾਹੀ ਦਸਵੀਂ। ਪਾਤਸ਼ਾਹੀ ਦਸਵੀਂ ਦੇ ਸ਼੍ਰੀ ਮੁੱਖ ਤੋਂ ਤੈ ਪ੍ਰਸਾਦ ਦੋਹਰਾ, ਤੇਰੀ ਕਿਰਪਾ ਨਾਲ ਦੋਹਰਾ। ਨਮਸਕਾਰ ਸ਼੍ਰੀ ਖੜਕ ਕੋ ਕਰੋਂ ਸੋ ਹਿਤ ਚਿੱਤ ਲਾਏ। ਮੈਂ ਸ਼੍ਰੀ ਖੜਕ ਨੂੰ ਹਿਤ ਚਿੱਤ ਨਾਲ ਨਮਸਕਾਰ ਕਰਦਾ ਹਾਂ। ਪੂਰਨ ਕਰੋ ਗ੍ਰੰਥ ਇਹੋ, ਤੁਮ ਮੋਹੇ ਕਰੋ ਸਹਾਇ। ਜੇ ਤੁਸੀਂ ਮੇਰੀ ਸਹਾਇਤਾ ਕਰੋ ਤਾਂ ਮੈਂ ਇਸ ਗ੍ਰੰਥ ਨੂੰ ਪੂਰਾ ਕਰ ਲਵਾਂਗਾ। ਸ਼੍ਰੀ ਕਾਲ ਜੀ ਕੀ ਉਸਤਤ। ਤ੍ਰਿਭੰਗੀ ਛੰਦ। ਖਗ ਖੰਡ ਬਿਹੰਡਨ, ਖਲ ਦਲ ਖੰਡਨ, ਅਤ ਰਨ ਮੰਡਨ, ਬਰ ਬੰਡਨ। ਤਲਵਾਰ ਚੰਗੀ ਤਰ੍ਹਾਂ ਟੁਕੜੇ ਟੁਕੜੇ ਕਰਦੀ ਹੈ, ਦੁਸ਼ਟਾਂ ਦੇ ਦਲਾਂ ਨੂੰ ਨਸ਼ਟ ਕਰਦੀ ਹੈ, ਯੁੱਧ ਨੂੰ ਸੁਸੱਜਿਤ ਕਰਦੀ ਹੈ, ਅਜਿਹੀ ਬਲਵਾਨ ਹੈ। ਭੁਜ ਦੰਡ ਅਖੰਡਨ, ਤੇਜ ਪ੍ਰਚੰਡਨ, ਜੋਤ ਅਮੰਡਨ, ਭਾਨ ਪ੍ਰਭਨ। ਇਹ ਅਖੰਡ ਤੇਜ ਵਾਲੀ ਭੁਜ ਦੰਡ ਹੈ, ਪ੍ਰਚੰਡ ਤੇਜ ਵਾਲੀ ਹੈ ਅਤੇ ਸੂਰਜ ਦੀ ਸ਼ੋਭਾ ਦੀ ਜੋਤ ਨੂੰ ਫਿੱਕਿਆ ਕਰਦੀ ਹੈ। ਸੁਖ ਸੰਤਾ ਕਰਨਨ, ਦੁਰਮਤ ਤਰਨੰ, ਇਲਬਿਕ ਹਰਨੰ, ਅਸ ਸਰਨੰ। ਇਹ ਸੰਤਾਂ ਨੂੰ ਸੁੱਖ ਦੇਣ ਵਾਲੀ, ਮਾੜੀ ਬੁੱਧੀ ਨੂੰ ਦਲਣ ਵਾਲੀ, ਪਾਪਾਂ ਦਾ ਨਾਸ਼ ਕਰਨ ਵਾਲੀ ਹੈ। ਮੈਂ ਇਸ ਦੀ ਸ਼ਰਨ ਵਿੱਚ ਹਾਂ। ਜੈ ਜੈ ਜਗ ਕਾਰਨ, ਸਿਸ਼ਟ ਉਭਾਰਨ, ਮਮ ਪਿਤ ਪਾਰਨ, ਜੈ ਤੇਗੰ। ਇਹ ਜਗ ਦਾ ਕਾਰਨ ਸਰੂਪ ਤੇਰੀ ਜੈ ਜੈਕਾਰ ਹੋਵੇ, ਕਿਉਂਕਿ ਤੂੰ ਸ੍ਰਿਸ਼ਟੀ ਨੂੰ ਉਭਾਰਨ ਵਾਲੀ ਅਤੇ ਮੇਰੀ ਪਾਲਣਾ ਕਰਨ ਵਾਲੀ ਹੈ, ਤਾਂ ਤੇ ਤੇਰੀ ਇਹ ਤੇਗ ਜੈ ਜੈ ਹੋਵੇ। ਭੁਜੰਗ ਪ੍ਰਿਆਤ ਛੰਦ। ਸਦਾ ਏਕ ਜੋਤੰ ਅਜੂਨੀ ਸਰੂਪੰ। ਹੇ ਪ੍ਰਭੂ, ਤੂੰ ਸਦਾ ਇੱਕ ਜੋਤ ਵਾਲਾ ਅਤੇ ਅਜਨਮੇ ਸਰੂਪ ਵਾਲਾ ਹੈ। ਮਹਾਦੇਵ ਦੇਵੰ ਮਹਾਭੂਪ ਭੂਪੰ। ਤੂੰ ਮਹਾਦੇਵਾਂ ਦਾ ਵੀ ਦੇਵ ਅਤੇ ਵੱਡਿਆਂ ਰਾਜਿਆਂ ਦਾ ਵੀ ਰਾਜਾ ਹੈ। ਨਿਰੰਕਾਰ ਨਿਤਯੰ ਨਿਰਰੂਪੰ ਨਿਰਬਾਲੰ। ਤੂੰ ਨਿਰਾਕਾਰ, ਨਿਤ, ਰੂਪ ਰਹਿਤ ਅਤੇ ਨਿਰਵਾਣ ਸਰੂਪ ਹੈ। ਕਲੰਕਾਰਣਯੰ ਨਮੋ ਖੜਗ ਪਾਣੰ। ਤੂੰ ਸ਼ਕਤੀ ਦਾ ਕਾਰਨ ਰੂਪ ਹੈ, ਹੇ ਖੜਗਧਾਰੀ ਤੈਨੂੰ ਨਮਸਕਾਰ ਹੈ। ਨਿਰੰਕਾਰ ਨਿਰਭਕਾਰ ਨਿਤਯੰ ਨਿਰਾਲੰ। ਹੇ ਪ੍ਰਭੂ, ਤੂੰ ਨਿਰਾਕਾਰ ਨਿਰਵਿਕਾਰ ਸਦੀਵੀ ਅਤੇ ਨਿਰਾਲਾ ਹੈ। ਨਾ ਬ੍ਰਿਧੰ ਵਿਸੇਖੰ, ਨਾ ਤਰੁਣੰ, ਨਾ ਬਾਲੰ। ਤੂੰ ਖਾਸ ਤੌਰ 'ਤੇ ਨਾ ਬੁੱਢਾ ਹੈ, ਨਾ ਜਵਾਨ ਹੈ ਅਤੇ ਨਾ ਹੀ ਬਾਲਕ ਹੈ। ਨਾ ਰੰਕੰ, ਨਾ ਰਾਯੰ, ਨਾ ਰੂਪੰ, ਨਾ ਰੇਖੰ। ਤੂੰ ਨਾ ਕੰਗਾਲ ਹੈ, ਨਾ ਰਾਜਾ ਹੈ। ਤੇਰਾ ਨਾ ਰੂਪ ਹੈ ਅਤੇ ਨਾ ਹੀ ਰੇਖ ਹੈ। ਨਾ ਰੰਗੰ, ਨਾ ਰਾਗੰ, ਅਪਾਰੰ, ਅਪੇਖੰ। ਤੇਰਾ ਨਾ ਕੋਈ ਰੰਗ ਹੈ, ਨਾ ਸਨੇਹ ਰਾਗ ਹੈ, ਨਾ ਪਾਰ ਹੈ ਅਤੇ ਨਾ ਹੀ ਭੇਖ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।